ਅਬੇ ਗੇਟ ਲਾਓ ਪ੍ਰਮੋਟ ਕਰਨਾ ਬੰਦ ਕਰੋ ਬੰਦ ਕਰੋ ਬੰਦ ਕਰੋ ਧੱਕੇ ਸ਼ਾਹੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਧੱਕੇ ਸ਼ਾਹੀ ਨਹੀਂ ਚੱਲੇਗੀ ਨਹੀਂ ਚੱਲੇਗੀ ਨਹੀਂ ਚੱਲੇਗੀ ਉਹ ਬੰਦਾ ਕੰਪਲੇਂਟ ਲਗਾਉਣ ਆਇਆ ਸੀ SHO ਸਾਹਿਬ ਅਸੀਂ ਤੁਹਾਨੂੰ ਤੋੜੇ ਸਰਦਾਰ ਜੀ ਉਹ ਦੋਸ਼ੀ ਆ ਇਸ ਮੁਕੱਦਮੇ ਦਾ ਸਾਡਾ ਸਰਦਾਰ ਸਾਹਿਬ ਅਸੀਂ ਤੁਹਾਨੂੰ ਇੰਟੀਮੇਸ਼ਨ ਕਰ ਰਹੀ ਹੈ ਮੈਂ ਤੁਹਾਨੂੰ ਆਪਣੇ ਫੋਨ 'ਚ ਵੀਡੀਓ ਫੁਟੇਜ ਦਿਖਾਉਣਾ ਉਸ ਬੰਦੇ ਦੇ ਉੱਤੇ ਕੱਲ੍ਹ ਨੂੰ ਗੋਲੀਆਂ ਚੱਲੀਆਂ ਸਾਰੀਆਂ 'ਤੇ ਗੋਲੀਆਂ ਚੱਲੀਆਂ ਸਾਨੂੰ ਪਤਾ ਹੈਗਾ ਤੁਹਾਨੂੰ ਵੀ ਪਤਾ ਕਿਸੇ ਨੂੰ ਕਿਹਦੇ ਕਿਹਦੇ ਗੋਲੀਆਂ ਕਿਹਦੇ ਕਿਹਦੇ ਨਹੀਂ ਚੱਲੀਆਂ ਹੋਈਆਂ ਹਾਂਜੀ ਸਰ ਉਹਨੇ ਜਿਹੜੀ ਕੱਲ੍ਹ ਨੂੰ ਇੰਟੀਮੇਸ਼ਨ ਦਿੱਤੀ ਹੈ ਵੀ ਉਹਦੇ 'ਤੇ ਫਾਇਰਿੰਗ ਹੋਈ ਹੈ ਉਸ ਸੰਬੰਧੀ ਕੋਈ ਪਰਚਾ ਦਰਜ ਹੋਇਆ ਜੀ ਹਾਂਜੀ ਹਾਂ ਪਰਚਾ ਦਰਜ ਹੋਇਆ ਠੀਕ ਹੈ ਸਰ ਸਾਡੇ ਬੰਦੇ 'ਤੇ ਕਿਹੜਾ ਪਰਚਾ ਦਰਜ ਹੋਇਆ ਸਰ ਉਹ ਵੀ ਦੱਸ ਦਿਓ ਸਾਹਿਬ ਦਾ ਪਰਚਾ ਦਰਜ ਹੋਇਆ ਅੱਛਾ ਜੀ ਸਰ ਕੋਈ ਇੰਸੀਡੈਂਟ ਰਿਗਾਰਡਿੰਗ ਸਾਨੂੰ ਇਨਫੋਰਮ ਕਰ ਦਿਓ ਉਹਦੇ ਬਾਪ ਖੜੇ ਨੇ ਇੱਥੇ ਤੁਹਾਨੂੰ ਦੱਸਤਾ ਹਾਂਜੀ FIR ਕਰਨ ਤੋਂ ਸਾਹਿਬ ਦਾ ਪਰਚਾ ਦਰਜ ਹੋਇਆ ਤੁਹਾਨੂੰ ਕੋਰਟ 'ਚ ਪੇਸ਼ ਕਰਨਾ ਅਸੀਂ ਉੱਥੇ ਜਾ ਕੇ ਜਿਹਨੇ ਗੱਲ ਕਰਨੀ ਸਾਡੇ ਨਾਲ ਕਰ ਸਕਦੇ ਹੋ ਇੰਟੀਮੇਸ਼ਨ ਮੈਂ ਕੈਮਰੇ ਦੇ ਸਾਹਮਣੇ ਦਿੱਤਾ ਤੁਹਾਨੂੰ ਵੀ ਦਿੱਤਾ ਸਾਰਿਆਂ ਨੂੰ ਅੱਛਾ ਜੀ ਜੇ ਕਿਸੇ ਨੂੰ ਡਾਊਟ ਆ ਤਾਂ ਪੁੱਛ ਲਓ ਐਸਾ ਜੀ ਉਹਦੇ ਬਾਪ ਖੜੇ ਨੇ ਉਹ ਕਹਿੰਦੇ ਜੀ ਮੈਨੂੰ ਕੋਈ ਇਸ ਰਿਗਾਰਡਿੰਗ ਇੰਟੀਮੇਸ਼ਨ ਨਹੀਂ ਉੱਥੇ ਕਾਹਦਾ 307 ਦਾ ਪਰਚਾ ਦਰਜ ਹੋਇਆ ਤੁਸੀਂ ਇਹਨਾਂ ਨੂੰ ਦੱਸ ਸਕਦੇ ਹੋ ਫਾਇਰਿੰਗ ਕੀ ਹੋਈ ਹੈ ਜਿਹੜਾ ਉਹਦਾ ਹੋਇਆ ਇਹਨਾਂ ਤੇ ਪਰਚਾ ਦਰਜ 307 ਦਾ ਕਿਹੜੇ ਬਿਆਨਾਂ ਤੇ ਹੋਇਆ ਜੀ ਮੇਰੇ ਬਿਆਨਾਂ ਤੇ ਹੋਇਆ ਜੀ ਅੱਛਾ ਬਿਆਨਾਂ ਤੇ ਹੋਇਆ ਸਰ ਹੈ ਪ੍ਰੂਫ ਹੈ ਉਹਦਾ ਮੈਂ ਪੰਜਾਬ ਵਿੱਚ ਤੋਂ ਦੱਸੋ ਉੱਡ ਗਿਆ ਬੰਦਾ ਉੱਡ ਗਿਆ ਚੱਲ ਚੱਲ ਚੱਲ
ਅਬੇ ਗੇਟ ਲਾਓ ਵਕੀਲ ਸਾਹਿਬ ਵਕੀਲ ਸਾਹਿਬ ਤੁਹਾਨੂੰ ਦੱਸਤਾ ਤੁਸੀਂ ਕੌਣ ਹੋ? ਮੈਂ ਮੁਲਾਜ਼ਮੀ ਆ। ਦੱਸੋ ਕੀ ਨਾਮ ਹੈ ਤੁਹਾਡਾ? ਕੋਈ ਨਹੀਂ ਦੱਸਦਾ ਯਾਰ, ਤੈਨੂੰ ਪਤਾ ਤਾਂ ਹੈ ਕੀ ਨਾਮ ਹੈ ਸਾਡਾ। ਚੱਲਾ ਇੱਧਰ ਗੇਟ ਇੱਧਰੋਂ ਆ ਯਾਰ, ਤੂੰ ਇੱਧਰੋਂ ਆ। ਤੁਸੀਂ ਜਵਾਬ ਤਾਂ ਦੇ ਕੇ ਜਾਓ ਨਾ, ਤੁਸੀਂ ਜਵਾਬ ਦੇਣ ਤੋਂ ਕਿਉਂ ਭੱਜਦੇ ਹੋ ਸਰ? ਤੁਸੀਂ ਜਵਾਬ ਦੇਣ ਤੋਂ ਕਿਉਂ ਭੱਜਦੇ ਹੋ? ਦਿੱਤਾ ਹੋਇਆ ਜਵਾਬ ਵਾਲਾ ਲੇਡੀ ਸਾਹਿਬ, ਸਾਰੇ ਜਵਾਬ ਤਾਂ ਦਿਓ ਨਾ। ਜਵਾਬ ਛੱਡ ਫਿਰ ਦਿੰਦੇ ਹੋਇਆ ਸੀ ਸਾਰਾ, ਜਵਾਬ ਦਿਓ ਨਾ ਤੁਸੀਂ।